13 ਮਿੰਟ ਘੜੀ 'ਚ ਲਾ ਕੇ ਖੜ ਜਾਓ ਮੋਬਾਈਲ 'ਚ, 13 ਮਿੰਟ ਦੇ ਵਿੱਚ ਅੰਬਾਲੇ ਮਿਲਣਗੇ ਤਿਆਰੀਆਂ। ਮੇਰੀ ਬੇਨਤੀ ਹੈ ਪਹੁੰਚਾ ਦਿਓ ਗੱਲ, ਜੇ ਬੈਠੇ ਨੇ ਬੁਲਾ ਦੇ ਫਤਿਹ, ਤੇਰਾ ਭਲਾ ਹੋ ਜਾਏਗਾ। ਜੇ ਤੂੰ ਮਰਾਉਣ ਤੇ ਤੁਰਿਆ ਪੰਜਾਬ ਨੂੰ ਕਿ ਪਰਲੇ ਪਾਸੇ ਦਾ ਪਾਕਿਸਤਾਨ ਦਾ ਬਾਰਡਰ ਹੈ, ਇੱਧਰ ਇਹ ਬਾਰਡਰ ਹੈ, ਇਹ ਕਿੱਥੇ ਜਾਣਗੇ ਬਾਈ। ਡਰੋਨ ਦੇ ਜ਼ਰੀਏ ਵੀ ਜਿਹੜੀ ਉਹ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਖਲਲ ਹੈ ਜਿਹੜਾ ਸੁਰੱਖਿਆ ਦੇ ਵਿੱਚ ਨਾ ਪੈ ਸਕੇ। ਇੱਕ ਸਰਹੱਦ ਦੀ ਤਰ੍ਹਾਂ ਜਾਪ ਰਿਹਾ, ਸੀਮੈਂਟ ਦੀਆਂ ਸਲੈਬ ਲਾ ਦਿੱਤੀਆਂ ਗਈਆਂ ਨੇ, ਜੋ ਸੜਕ ਹੈ ਉਹ ਬਲੌਕ ਕਰ ਦਿੱਤੀ ਗਈ ਹੈ ਤਾਂ ਜੋ ਕੱਲ ਨੂੰ ਕਿਸਾਨ ਇੱਥੋਂ ਲੰਘ ਨਾ ਸਕਣ। ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਹਰਿਆਣੇ ਵਾਲੇ ਪਾਸਿਓ ਜੋ ਵਾਟਰ ਕੈਨਨ ਦਾ ਵੀ ਬੰਦੋਬਸਤ ਕਰ ਦਿੱਤਾ ਗਿਆ, ਪੁਲਿਸ ਖੜੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ, ਚਾਕ ਚੁਬੰਦ ਜਿਹੜੀ ਸੁਰੱਖਿਆ ਕੀਤੀ ਗਈ ਹੈ, ਸਲੈਬਸ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ, ਮਲਟੀ ਲੇਅਰ ਸਿਕਿਉਰਿਟੀ ਇੱਥੇ ਬਣਾਈ ਗਈ ਹੈ, ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਲੋਹੇ ਦੀਆਂ ਤਾਂ ਜੋ ਕਿਸਾਨ ਇਸ ਸੜਕ ਤੋਂ ਹੁੰਦੇ ਹੋਏ ਦਿੱਲੀ ਨਾ ਪਹੁੰਚ ਸਕਣ। ਤਾਂ ਉੱਧਰ ਕਿਸਾਨ ਵੀ ਪੂਰਾ ਅੜੇ ਹੋਏ ਨੇ ਕਿ ਉਹ ਦਿੱਲੀ ਜ਼ਰੂਰ ਜਾਣਗੇ ਕਿਉਂਕਿ ਸਰਕਾਰ ਨੇ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਹੈ, ਮੰਗ ਪੂਰੀ ਨਹੀਂ ਕੀਤੀ ਹੈ। ਤਸਵੀਰਾਂ ਤੁਸੀਂ ਸ਼ੰਭੂ ਬਾਰਡਰ ਤੋਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਸਰਹੱਦ ਬਣਾ ਦਿੱਤੀ ਗਈ ਹੈ ਤਾਂ ਜੋ ਇੱਥੋਂ ਕਿਸਾਨ ਟੱਪ ਕੇ ਅਗਾਂਹ ਨਾ ਪਹੁੰਚ ਸਕਣ। ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇਸ ਪਾਸੇ ਲੋਕ ਜ਼ਰੂਰ ਖੜ੍ਹੇ ਹੋਏ ਨੇ, ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਆਖਿਰ ਇਹ ਕਿਹੋ ਜਿਹੇ ਹਾਲਾਤ ਨੇ। ਕਿਸਾਨਾਂ ਨੇ ਪਹਿਲਾਂ ਵੀ ਇਲਜ਼ਾਮ ਲਗਾਇਆ ਕਿ ਜੋ ਵਤੀਰਾ ਸਰਕਾਰ ਦੇ ਵੱਲੋਂ ਅਪਣਾਇਆ ਜਾ ਰਿਹਾ ਆਪਣੇ ਹੀ ਨਾਗਰਿਕਾਂ ਦੇ ਨਾਲ, ਉਹ ਠੀਕ ਨਹੀਂ ਹੈ, ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇੱਕ ਸੀਮੈਂਟ ਦੀ ਕੰਧ ਖੜੀ ਕਰ ਦਿੱਤੀ ਹੈ ਅਤੇ ਪਰਲੇ ਪਾਸੇ ਵਾਟਰ ਕੈਨਨ ਦਾ ਜਿਹੜਾ ਹੈ ਬੰਦੋਬਸਤ ਕੀਤਾ ਗਿਆ ਤਾਂ ਜੋ ਜਦੋਂ ਕੱਲ੍ਹ ਕਿਸਾਨ ਇੱਥੋਂ ਆਉਣ ਤਾਂ ਉਹਨਾਂ ਨੂੰ ਰੋਕ ਲਿਆ ਜਾਏ। ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਨਾਕੇਬੰਦੀ ਹੋ ਚੁੱਕੀ ਹੈ, ਪੂਰੇ ਜਿਹੜੇ ਸੁਰੱਖਿਆ ਬਲ ਉੱਧਰ ਲਗਾ ਦਿੱਤੇ ਗਏ ਨੇ, ਕਈ ਦਿਨਾਂ ਦੀ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਗਈ ਹੈ ਅਜਿਹੀ ਜਾਣਕਾਰੀ ਹੈ, ਅਤੇ ਮਲਟੀ ਲੇਅਰ ਸਿਕਿਉਰਿਟੀ ਹੈ ਇੱਥੇ, ਬੈਰੀਕੇਡ ਲੱਗੇ ਨੇ, ਸਲੈਬਸ ਲੱਗੀਆਂ ਹੋਈਆਂ ਨੇ, ਫਿਰ ਅੱਗੇ ਸੁਰੱਖਿਆ ਬਲ ਹੈ ਜਿਹੜੇ ਉਹ ਵੀ ਤੈਨਾਤ ਕੀਤੇ ਗਏ ਨੇ। ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜੇਕਰ ਤੁਹਾਨੂੰ ਦੂਸਰੀ ਤਰਫ ਦਿਖਾਈਏ, ਸੱਜੇ ਪਾਸੇ ਦਿਖਾਈਏ ਤਾਂ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਉੱਥੇ ਤੈਨਾਤ ਨੇ, ਗੱਡੀਆਂ ਖੜੀਆਂ ਕੀਤੀਆਂ ਗਈਆਂ ਨੇ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਕਿਸਾਨ ਟਰੈਕਟਰ ਲੈ ਕੇ ਆ ਰਹੇ ਨੇ, ਟਰੈਕਟਰ ਜਿਹੜੇ ਨੇ ਲੰਬੀਆਂ ਕਤਾਰਾਂ ਨੇ, ਉਹ ਵੀ ਏ ਬੀ ਪੀ ਸਾਂਝਾ ਤੁਹਾਨੂੰ ਲਗਾਤਾਰ ਦਿਖਾ ਰਹੇ ਕਿ ਕਿਸ ਤਰ੍ਹਾਂ ਦੇ ਨਾਲ ਕਾਫਿਲੇ ਪਿੰਡੋਂ ਤੁਰ ਚੁੱਕੇ ਨੇ ਇੱਧਰ। ਹਾਲਾਂਕਿ ਗੱਲਬਾਤ ਦਾ ਸਿਲਸਿਲਾ ਵੀ ਸਰਕਾਰ ਕਹਿ ਰਹੀ ਹੈ ਕਿ ਚੱਲ ਰਿਹਾ, ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਪਰ ਕਿਸਾਨ ਸਵਾਲ ਖੜੇ ਕਰ ਰਹੇ ਨੇ ਕਿ ਜੇਕਰ ਗੱਲਬਾਤ ਕਰਨੀ ਹੈ ਫਿਰ ਇੰਨੇ ਇੰਤਜ਼ਾਮਾਂ ਦੀ ਕੀ ਲੋੜ ਹੈ, ਗੱਲ ਦੇ ਨਾਲ ਹੱਲ ਨਿਕਲ ਸਕਦਾ। ਅਤੇ ਨਾਲ ਹੀ ਇਹ ਵੀ ਗੱਲ ਕੀਤੀ ਗਈ ਹੈ ਜੋ ਹਰਿਆਣਾ ਦੇ ਸੀਐਮ ਨੇ ਖੱਟਰ, ਉਹਨਾਂ ਨੇ ਕਿਹਾ ਕਿ ਕਿਸਾਨ ਟਰੈਕਟਰ ਲੈ ਕੇ ਕਿਉਂ ਆ ਰਹੇ ਨੇ, ਉਹ ਰੇਲ 'ਤੇ ਵੀ ਆ ਸਕਦੇ ਨੇ, ਬੱਸ 'ਤੇ ਵੀ ਆ ਸਕਦੇ ਨੇ, ਹਾਲਾਤ ਨਾ ਖਰਾਬ ਹੋਣ, ਆਪਾਂ ਗੱਲਬਾਤ ਵੀ ਕਰ ਲੈਂਦੇ ਹਾਂ, ਇੰਨੇ ਇੰਤਜ਼ਾਮ ਕਰ ਦਿੱਤੇ ਨੇ ਸਰਕਾਰ ਨੇ ਵੀ ਤੁਸੀਂ ਪਰਲੇ ਪਾਸੇ ਨਾ ਜਾ ਸਕੋ। ਇਹ ਪਤਾ ਜੀ ਜਦੋਂ ਡਰ ਜਾਂਦੇ ਆ ਨਾ ਕੋਈ ਵੀ ਹੈ, ਸਰਕਾਰਾਂ ਲਾ ਲਓ, ਪਿੰਡਾਂ 'ਚ ਲਾ ਲਓ, ਕੋਈ ਲੜਾਈ ਝਗੜਾ ਹੋ ਜਾਂਦਾ ਦੋ ਗੁੱਟਾਂ 'ਚ, ਜਿਹੜੀ ਪਾਰਟੀ ਡਰਦੀ ਹੋਵੇ ਨਾ ਉਹ ਫਿਰ ਆਪਣੇ ਵੱਲੋਂ ਡੰਡਾ ਸੋਟਾ ਵਧੀਆ ਕਾਇਮ ਕਰਦੀ ਹੈ ਵੀ ਪਤਾ ਨਹੀਂ ਕਦੋਂ ਪੈ ਜਾਣਾ ਆ ਕੇ। ਸਰਕਾਰੀ ਤੰਤਰ ਬੜਾ ਮਜ਼ਬੂਤ ਹੁੰਦਾ ਹੈ ਅਤੇ ਉਹ ਕਿਉਂ ਡਰਨਗੇ ਕਿਸਾਨਾਂ ਤੋਂ? ਪਹਿਲਾਂ ਵੀ ਮਜ਼ਬੂਤ ਸੀ, ਪਿੱਛੇ ਜਦ ਨਿਕਲੇ ਸੀਗੇ, ਪਹਿਲਾਂ ਕਿਹੜਾ ਕੋਈ ਹੋਰ ਸਰਕਾਰ ਸੀ, ਇਹੀ ਹਾਕਮ ਸੀਗਾ, ਇਹੀ ਫੌਜ ਸੀਗੀ, ਇਹੀ ਸੀਗੇ ਸਾਰੇ, ਆਹੀ ਮੇਰੇ ਵੀਰ ਕਿਸਾਨ ਸੀਗੇ, ਆਹ ਜਿਹੜੇ ਖੜੇ ਨੇ ਸਾਰੇ। ਕਾਫਲੇ ਪਿੰਡੋਂ ਤੁਰ ਚੁੱਕੇ ਨੇ, ਤੁਸੀਂ ਪਹਿਲਾਂ ਹੀ ਪਹੁੰਚ ਗਏ ਹੋ? ਅਸੀਂ ਵੇਖਣ ਆਏ ਸੀ ਨਾ, ਸਾਡੀ ਵੀ ਕੋਈ ਡਿਊਟੀ ਹੈ, ਅਸੀਂ ਵੀ ਆਏ ਚੱਲ ਕੇ ਜੀ ਵੇਖਣ ਵਾਸਤੇ ਆਏ ਆ। ਜੇਕਰ ਗੱਲਬਾਤ ਸਿਰੇ ਨਹੀਂ ਚੜ੍ਹਦੀ ਤੇ ਇੱਥੇ ਤੇ ਕੰਧ ਖੜੀ ਕਰਤੀ ਹੈ, ਕਿਵੇਂ ਟੱਪੋਗੇ? ਕੋਈ ਗੱਲ ਨਹੀਂ, ਲੰਘ ਜਾਾਂਗੇ, ਗਏ ਉਹ ਗਏ ਉਹ ਗਏ ਉਹ ਗਏ ਉਹ ਗਏ, ਤੁਸੀਂ ਸਵੇਰੇ ਪਹੁੰਚੋ ਉਰੇ, 13 ਮਿੰਟ ਘੜੀ 'ਚ ਲਾ ਕੇ ਖੜ ਜਾਓ ਮੋਬਾਈਲ 'ਚ, 13 ਮਿੰਟ ਦੇ ਵਿੱਚ ਅੰਬਾਲੇ ਮਿਲਣਗੇ ਤੁਹਾਨੂੰ। ਕਿਸਾਨ ਕਹਿ ਰਹੇ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤੇ ਇੱਕ ਪਾਸੇ ਇੰਨੀ ਇੰਤਜ਼ਾਮ ਕਰ ਲਏ ਨੇ। ਵਿਰਥੀ ਨਾ ਜਾਏ ਜਨ ਕੀ ਜਿਹੜੀ ਅਰਦਾਸਾਂ 5 ਸਾਲ ਤੋਂ ਲੈ ਕੇ 100 ਸਾਲ ਤੱਕ ਡੇਲੀ ਹੋ ਰਹੀਆਂ ਨੇ, ਉਹਨਾਂ ਦੀ ਬੇਟਾ ਕੋਈ ਕੀਮਤ ਨਹੀਂ। ਇੱਕ ਪਾਸੇ ਸਰਕਾਰੀ ਦਰਬਾਰੇ ਖਾਖੀ ਵਰਦੀਆਂ,
ਦੂਜੇ ਪਾਸੇ ਨਿਤਨੇਮੀ 24-24 ਘੰਟੇ ਨਿਤਨੇਮ ਕਰਨ ਵਾਲੇ ਹੋਰ ਸਵਾ ਲੱਖ ਸੇ ਏਕ ਲੜਾਉਂ ਤਵੀ ਗੋਬਿੰਦ ਸਿੰਘ ਨਾਮ ਕੋ। ਬਿਲਕੁਲ ਤਿਆਰੀਆਂ, ਮੇਰੀ ਬੇਨਤੀ ਹੈ ਪਹੁੰਚਾ ਦਿਓ ਗੱਲ ਵੀ ਜੇ ਬੈਠੇ ਨੇ ਬੁਲਾ ਦੇ ਫਤਿਹ ਤੇਰਾ ਭਲਾ ਹੋ ਜਾਏਗਾ। ਜੇ ਤੂੰ ਮਰਾਉਣ 'ਤੇ ਤੁਰਿਆ ਪੰਜਾਬ ਨੂੰ ਕਿ ਪਰਲੇ ਪਾਸੇ ਦਾ ਪਾਕਿਸਤਾਨ ਦਾ ਬਾਰਡਰ ਹੈਗਾ ਨਾ, ਇੱਧਰ ਇਹ ਬਾਰਡਰ ਹੈ, ਇਹ ਕਿੱਥੇ ਜਾਣਗੇ ਬਾਈ। ਸੀਐਮ ਕਹਿ ਰਹੇ ਨੇ ਵੀ ਟ੍ਰੇਨ 'ਤੇ ਆ ਜਾਓ, ਬੱਸ 'ਤੇ ਆ ਜਾਓ, ਟਰੈਕਟਰ ਕਿਉਂ ਲਿਆ ਰਹੇ ਹੋ ਜੀ? ਟ੍ਰੇਨ 'ਤੇ ਕਿੱਥੇ ਜਾ ਕੇ ਉਤਰਨੇ, ਸਾਡੇ ਆਪਣੇ ਜਹਾਜ਼ ਨੇ ਜੀ, ਕਿੱਥੋਂ ਬਹਿਣਗੇ ਜੀ? ਨਹੀਂ ਜੀ, ਇਹਨਾਂ ਦੀ ਆਪਣੀ ਗੱਡੀ, ਆਪਣੀ ਲਾਰੀ, ਆਪਣੇ ਟਰੈਕਟਰ, ਇਹ ਕਿਸੇ 'ਤੇ ਤਬਾਰ ਉਹਨਾਂ ਦਾ ਕੀ ਪਤਾ ਇੱਥੋਂ ਤੋੜ ਕੇ ਟ੍ਰੇਨ ਰਾਹ 'ਚ ਬੰਦ ਕਰ ਦੇਣ, ਉਹ ਖਿੱਚ ਕੇ ਸੌਂਗਲ ਜੀ, ਫਿਰ ਹਮ ਕਿਆ ਕਰਾਂਗੇ ਵਾਂ ਅਸੀਂ। ਬਿਲਕੁਲ ਤਿਆਰੀਆਂ ਇੱਧਰ ਕਿਸਾਨਾਂ ਨੇ ਵੀ ਖਿੱਚੀਆਂ ਹੋਈਆਂ ਨੇ, ਸਰਕਾਰ ਵੀ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੀਆਂ ਵੀ ਤਿਆਰੀਆਂ ਪੂਰੀਆਂ ਨੇ, ਪਰ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਦੇ ਨਾਮ 'ਤੇ ਕਿਸ ਤਰ੍ਹਾਂ ਦੇ ਨਾਲ ਬੈਰੀਕੇਡਿੰਗ ਕੀਤੀ ਹੋਈ ਹੈ। ਮਲਟੀਲੇਅਰ ਸਿਕਿਉਰਿਟੀ ਇੱਥੇ ਜਿਹੜੀ ਹੈ ਮੌਜੂਦ ਹੈ, ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ, ਅਤੇ ਇੱਥੋਂ ਹੀ ਕੱਲ੍ਹ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ। ਹਾਲਾਂਕਿ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਜਿਹੜੀ ਗੱਲਬਾਤ ਦਾ ਦੌਰ ਹੈ ਉਹ ਵੀ ਚੱਲ ਰਿਹਾ, ਪਰ ਗੱਲਬਾਤ ਜੇਕਰ ਸਿਰੇ ਨਹੀਂ ਚੜ੍ਹਦੀ ਤਾਂ ਕਿਸਾਨ ਕਹਿੰਦੇ ਨੇ ਕਿ ਉਹ ਦਿੱਲੀ ਕੂਚ ਜ਼ਰੂਰ ਕਰਨਗੇ, ਅਤੇ ਜੋ ਇੰਤਜ਼ਾਮ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਨਾਲ ਹਰਿਆਣਾ ਵਾਲੇ ਪਾਸੇ ਤਿਆਰੀਆਂ ਕੀਤੀਆਂ ਗਈਆਂ ਨੇ, ਸੁਰੱਖਿਆ ਬਲ ਤੈਨਾਤ ਕੀਤੇ ਨੇ, ਵਾਟਰ ਕੈਨਨ ਦਾ ਜਿਹੜਾ ਬੰਦੋਬਸਤ ਕੀਤਾ ਗਿਆ ਤਾਂ ਜੋ ਕਿਸਾਨ ਅੱਗੇ ਵਧਣ ਤਾਂ ਉਹਨਾਂ 'ਤੇ ਜਿਹੜੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾ ਸਕਣ, ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ ਜਾ ਸਕੇ। ਅਤੇ ਉੱਧਰ ਕਿਸਾਨ ਵੀ ਤਿਆਰੀ ਨਾਲ ਆ ਰਹੇ ਨੇ, ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ, ਬੀਬੀਆਂ, ਬਾਬੇ, ਵੱਡੀ ਵੱਡੀ ਉਮਰ ਦੇ ਬਜ਼ੁਰਗ ਨੇ ਜਿਹੜੇ, ਉਹ ਵੀ ਪਹੁੰਚ ਰਹੇ ਨੇ। ਉਹ ਕਹਿ ਰਹੇ ਨੇ ਕਿ ਇਸ ਉਮਰ ਦੇ ਪੜਾਅ ਦੇ ਵਿੱਚ ਉਹ ਸੰਘਰਸ਼ ਕਰਨਾ ਨਹੀਂ ਚਾਹੁੰਦੇ, ਪਰ ਸਰਕਾਰ ਉਹਨਾਂ ਨੂੰ ਮਜਬੂਰ ਕਰ ਰਹੀ ਹੈ। ਪਰ ਇੱਧਰ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਬੈਰੀਕੇਡਿੰਗ ਕਰਨ, ਕਿਉਂਕਿ ਕਿਸਾਨ 2020 ਦੇ ਵਿੱਚ ਜਦੋਂ ਆਏ ਸਨ ਉਦੋਂ ਕਾਫੀ ਖੱਜਲ ਖੁਆਰੀ ਹੋਈ ਸੀ, ਕਾਫੀ ਨੁਕਸਾਨ ਹੋਇਆ ਸੀ, ਤਾਂ ਹਰ ਪਾਸੇ ਵੱਖੋ ਵੱਖ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ, ਪਰ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਕਿ ਕਿਸ ਤਰ੍ਹਾਂ ਦੀ ਕਰੜੀ ਸੁਰੱਖਿਆ ਇੱਥੇ ਕੀਤੀ ਗਈ ਹੈ। ਇੱਕ ਸਰਹੱਦ ਦੀ ਤਰ੍ਹਾਂ ਇਸ ਨੂੰ ਬਣਾ ਦਿੱਤਾ ਗਿਆ ਹੈ ਕਿ ਜਿਵੇਂ ਪੰਜਾਬ ਅਤੇ ਹਰਿਆਣਾ ਦਰਮਿਆਨ ਇੱਕ ਸਰਹੱਦ ਖੜੀ ਕਰ ਦਿੱਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸਾਨਾਂ ਨੂੰ ਰੋਕਣ ਦੇ ਲਈ ਕੀਤਾ ਗਿਆ, ਪਰ ਉੱਧਰ ਕਿਸਾਨ ਵੀ ਤਿਆਰ ਨੇ, ਉਹ ਚਾਹੁੰਦੇ ਨੇ ਕਿ ਸਰਕਾਰ ਗੱਲ ਦੇ ਨਾਲ ਮੰਨ ਜਾਏ, ਹੱਲ ਨਿਕਲ ਜਾਏ, ਉਹ ਆਪਣੇ ਘਰ ਵਾਪਸ ਪਰਤ ਜਾਣ। ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਇੰਤਜ਼ਾਮ ਕੀਤੇ ਜਾ ਰਹੇ ਨੇ, ਡਰੋਨ ਦੇ ਜ਼ਰੀਏ ਵੀ ਜਿਹੜੇ ਆ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸੁਰੱਖਿਆ ਦੇ ਵਿੱਚ ਕੋਈ ਸੰਨ ਨਾ ਲੱਗ ਸਕੇ। ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ, ਇੱਥੇ ਅਜੇ ਵੀ ਜਿਹੜੇ ਕੁਝ ਲੋਕ ਮੌਜੂਦ ਨੇ, ਕੱਲ੍ਹ ਇੱਥੇ ਕਿਸਾਨ ਨਾ ਆ ਸਕਣ ਉਹਨਾਂ ਨੂੰ ਰੋਕ ਲਿਆ ਜਾਏ, ਇਸੇ ਲਈ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਡਰੋਨ ਦੇ ਜ਼ਰੀਏ ਵੀ ਜਿਹੜੀ ਉਹ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਖਲਲ ਹੈ ਜਿਹੜਾ ਸੁਰੱਖਿਆ ਦੇ ਵਿੱਚ ਨਾ ਪੈ ਸਕੇ, ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ, ਇਸ ਲਈ ਜਿਹੜੀ ਪੂਰੀ ਤਿਆਰੀ ਇੱਥੇ ਕੀਤੀ ਗਈ ਹੈ। ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ। ਲੰਘੇ ਵਰੇ ਜਦੋਂ ਕਿਸਾਨਾਂ ਦੀ ਗੱਲਬਾਤ ਚੱਲੀ ਸੀ, ਸਰਕਾਰ 'ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਕਿਸਾਨਾਂ ਨੇ ਲਾ ਦਿੱਤੇ ਸਨ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਨਦੀ ਹੈ ਜਿਹੜੀ ਉਹ ਵੀ ਪੁੱਟ ਦਿੱਤੀ ਗਈ ਹੈ, ਅਤੇ ਉਹਦੇ ਵਿੱਚ ਵੀ ਅੰਦਰ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ ਤਾਂ ਜੋ ਕਿਸਾਨ ਇੱਥੋਂ ਵੀ ਅੰਦਰ ਜਿਹੜਾ ਨਾ ਜਾ ਪਾ ਸਕਣ, ਅਤੇ ਜਿਹੜੀਆਂ ਲੋਹੇ ਦੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ ਨੇ। ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪੁੱਟ ਦਿੱਤੀ ਗਈ ਹੈ ਨਦੀ, ਅਤੇ ਉਸਦੇ ਵਿੱਚ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ, ਅਤੇ ਦੂਜੇ ਪਾਸੇ ਪਾਣੀ ਵੀ ਹੈ, ਅਤੇ ਪਾਣੀ ਦੇ ਪਰਲੇ ਪਾਸੇ ਖੜੀ ਕੀਤੀ ਗਈ ਹੈ ਫੋਰਸ, ਯਾਨੀ ਕਿ ਮਲਟੀਲੇਅਰ ਸਿਕਿਉਰਿਟੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ। ਪਰ ਕਿਸਾਨ ਕਹਿੰਦੇ ਨੇ ਕਿ ਉਹ ਪਹਿਲਾਂ ਵੀ ਪਹੁੰਚ ਗਏ ਸਨ, ਉਦੋਂ ਵੀ ਬਹੁਤ ਸਾਰੇ ਅੜਿੱਕੇ ਪਏ ਸਨ, ਪਰ ਇੱਧਰ ਹਰਿਆਣਾ ਦੇ ਕਿਸਾਨ ਵੀ ਤਿਆਰ ਰਹਿੰਦੇ ਨੇ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਨ ਦੇ ਲਈ, ਅਤੇ ਇਸ ਵਾਰ ਵੀ ਉਹਨਾਂ ਨੂੰ ਕੋਈ ਔਖ ਨਹੀਂ ਹੋਏਗੀ। ਪਰ ਜੋ ਸਰਕਾਰ ਨੇ ਇੰਤਜ਼ਾਮ ਕੀਤੇ ਨੇ ਉਹ ਪੂਰੇ ਔਖ ਵਾਲੇ ਕੀਤੇ ਨੇ ਤਾਂ ਜੋ ਇਸ ਵਾਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਕਿਉਂਕਿ ਤਸਵੀਰਾਂ ਅਜੇ ਵੀ ਸਾਡੇ ਜ਼ਿਹਨ ਦੇ ਵਿੱਚ ਤਾਜ਼ਾ ਨੇ ਕਿ ਕਿਸ ਤਰ੍ਹਾਂ ਦੇ ਨਾਲ ਬੈਰੀਕੇਡ
ਬੈਰੀਕੇਡਿੰਗ ਕੀਤੀ ਗਈ ਸੀ, ਫਿਰ ਉਹ ਪੁੱਟੀ ਗਈ ਸੀ। ਕਿਸਾਨ ਉੱਥੇ ਪਹੁੰਚੇ ਸਨ, ਕਈ ਮੌਤਾਂ ਵੀ ਹੋ ਗਈਆਂ ਸਨ, ਹਾਲਾਤ ਖਰਾਬ ਹੋਏ ਸਨ, ਜਿਹੜੇ ਆਮ ਲੋਕ ਸਨ ਉਹ ਵੀ ਪ੍ਰਭਾਵਿਤ ਹੋਏ ਸਨ, ਪਰੇਸ਼ਾਨ ਹੋਏ ਸਨ। ਇਸ ਲਈ ਕਿਸਾਨਾਂ ਨੂੰ ਜਿਹੜੀ ਪਰੇਸ਼ਾਨੀ ਨਾ ਹੋਵੇ, ਕੋਈ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਲਾਅ ਐਂਡ ਆਰਡਰ ਜਿਹੜੀ ਸਥਿਤੀ ਹੈ ਉਹ ਬਰਕਰਾਰ ਰਹੇ, ਇਸੇ ਲਈ ਇਹ ਜਿਹੜੇ ਇੰਤਜ਼ਾਮ ਕੀਤੇ ਜਾ ਰਹੇ ਨੇ। ਅਤੇ ਤਸਵੀਰਾਂ ਤੁਸੀਂ ਸ਼ੰਭੂ ਬਾਰਡਰ ਦੀਆਂ ਦੇਖ ਰਹੇ ਹੋ ਕਿ ਕਿਵੇਂ ਇੱਥੇ ਖਾਸ ਜਿਹੜੇ ਬੰਦੋਬਸਤ ਕੀਤੇ ਗਏ ਨੇ, ਨਜ਼ਰ ਰੱਖੀ ਜਾ ਰਹੀ ਹੈ ਚੱਪੇ ਚੱਪੇ। ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਹਿ ਚੁੱਕੇ ਨੇ ਕਿ ਇਸ ਵਾਰ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿ ਉਹ ਕਾਨੂੰਨ ਆਪਣੇ ਹੱਥ 'ਚ ਲੈਣ। ਹਾਲਾਂਕਿ ਉੱਧਰ ਕਿਸਾਨ ਖੱਟਰ ਸਰਕਾਰ ਅਤੇ ਮੋਦੀ ਸਰਕਾਰ ਨੂੰ ਚੇਤਾਵਨੀ ਦੇ ਚੁੱਕੇ ਨੇ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਾ ਕਰਨ ਤਾਂ ਜੋ ਹਾਲਾਤ ਖਰਾਬ ਹੋਣ। ਉਹ ਕਹਿ ਰਹੇ ਨੇ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਹੱਕ ਮੰਗ ਰਹੇ ਨੇ, ਮੰਗਾਂ ਆਪਣੀਆਂ ਸਰਕਾਰ ਸਾਹਮਣੇ ਰੱਖ ਰਹੇ ਨੇ, ਟੇਬਲ 'ਤੇ ਉਹ ਗੱਲਬਾਤ ਕਰ ਰਹੇ ਨੇ, ਪਰ ਫਿਰ ਵੀ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰਨਾ ਚਾਹੀਦਾ। ਅਤੇ ਤੁਹਾਨੂੰ ਵਿਸਥਾਰ ਦੇ ਨਾਲ ਸਾਰੀਆਂ ਤਸਵੀਰਾਂ ਦਿਖਾਈਆਂ ਨੇ ਕਿ ਆਖਿਰ ਸ਼ੰਭੂ ਬਾਰਡਰ ਜਿਸ ਥਾਂ ਤੋਂ ਅਗਾਂਹ ਦਿੱਲੀ ਵੱਲ ਕਿਸਾਨਾਂ ਨੇ ਪੰਜਾਬ ਤੋਂ ਕੂਚ ਕਰਨਾ, ਉੱਥੇ ਕਿਹੋ ਜਿਹੇ ਇੰਤਜ਼ਾਮ ਨੇ। ਇੱਧਰ ਸੁਰੱਖਿਆ ਜ਼ਰੂਰ ਕਰੜੀ ਹੈ, ਪਰ ਉੱਧਰ ਕਿਸਾਨਾਂ ਦਾ ਜਜ਼ਬਾ ਵੀ ਬਹੁਤ ਕਰੜਾ। ਉਹ ਕਹਿੰਦੇ ਕਿ ਅਸੀਂ ਤਾਂ ਦਿੱਲੀ ਜਾਵਾਂਗੇ ਜੇਕਰ ਸਰਕਾਰ ਗੱਲ ਨਹੀਂ ਸੁਣੇਗੀ। ਚਰਨਜੀਤ ਕੌਰ ਦੇ ਨਾਲ ਕੈਮਰਾਮੈਨ ਸੰਦੀਪ, ਸ਼ੰਭੂ ਬਾਰਡਰ।